ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਇੱਕ ਹੋਰ ਛੋਟੇ ਜਿਹੇ ਵਲੋਗ 'ਚ। ਅੱਜ ਆਪਾਂ ਜੀ ਫਿਰ ਬੰਨ 'ਤੇ ਆਏ ਹਾਂ, ਇੱਥੇ ਅਖੰਡਪੁਰ ਸਾਹਿਬ ਦੇ ਭੋਗ ਖੁੱਲ੍ਹੇ ਹੋਏ ਹਨ ਜੀ। ਸਨਮਾਨ ਕੀਤਾ ਜਾ ਰਿਹਾ ਜਿਹੜੇ ਵੀਰ ਟਰਾਲੀਆਂ ਦੀ ਸੇਵਾ ਲੈ ਕੇ ਆਏ ਹੋਏ ਸੀ, ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ। ਆਪਾਂ ਨੂੰ ਵੀ ਫੋਨ ਆਇਆ ਤਾਂ ਆਪਾਂ ਜਾ ਰਹੇ ਹਾਂ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਰੇ ਬੰਨੇ ਪਾਣੀ ਸੀਗਾ, ਹਾਲੇ ਵੀ ਕਈ ਥਾਵਾਂ ਤੋਂ ਪਾਣੀ ਨਹੀਂ ਸੁੱਕਿਆ, ਹਾਲੇ ਵੀ ਥੋੜ੍ਹਾ ਮੋਟਾ ਹੈਗਾ ਆ। ਉਧਰ ਵੀ ਸੇਵਾ ਕਰਦੇ ਆ, ਇੱਧਰ ਵੀ ਦੇਖ ਲਓ ਕਿੱਦਾਂ ਘਰ ਘੁਰ ਟੁੱਟੇ ਪਏ। ਆਹ ਦੇਖ ਲਓ ਹਲੇ ਵੀ ਆਹ ਸਾਹਮਣੇ ਖੁੱਲ੍ਹੇ ਅਖੰਡ ਪਾਠ, ਵਾਹਵਾ ਸੰਗਤ ਇਕੱਠੀ ਹੋਈ ਆ। ਪਾਪਾ ਵੀ ਜਾਣਦੇ ਆ, ਦਿਖਾਵਾਂਗੇ ਕੀ ਸਿਖਾਉਂਦੇ ਆ। ਦੇਖ ਲਓ ਵੀ ਟੋਟਲ ਹਲੇ ਵੀ ਸੇਵਾ ਦੇ ਜਾ ਰਹੇ ਨੇ, ਉੱਥੇ ਸੇਵਾ ਚੱਲਦੀ ਹੈ, ਮਿੱਟੀ ਪੱਧਰੀ ਕੀਤੀ ਜਾ ਰਹੀ ਹੈ। ਦੇਖ ਲਿਓ ਜੀ ਆਤੀ ਜਿੱਥੇ ਜਿੱਥੇ ਸੌਂ ਗਿਆ ਜੀ ਸਾਰਾ, ਦੇਖ ਲਓ। ਜਿਨ੍ਹਾਂ ਵਿੱਚ ਕੌਮ ਦੇ ਮਹਾਨ ਵਿਦਵਾਨ ਗਿਆਨੀ ਸੁਖਦੇਵ ਸਿੰਘ ਜੀ, ਸਿੰਘ ਸਾਹਿਬ, ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਉਸ ਵੇਲੇ ਵੀ ਗੁਰਸੰਗਤਾਂ ਨੇ ਜਾ ਕੇ ਕੋਸ਼ਿਸ਼ ਕੀਤੀ। ਉਸ ਵੇਲੇ ਆਹ ਚੀਜ਼ਾਂ ਦਾ ਨਹੀਂ ਸੀ ਪਤਾ ਵੀ ਇਹ ਪਾਣੀ ਨੂੰ ਰੋਕਣਾ ਕੀ ਹੈ, ਪਰ ਜਦੋਂ ਤੋਂ ਇਹਨਾਂ ਆ ਸਭ ਦੇ ਸਮਿਆਂ ਦੇ ਵਿੱਚ ਸਾਨੂੰ ਜਾਣ ਦਾ ਸਮਾਂ ਮਿਲਿਆ, ਕੁਰਸੀਆਂ ਦੇ ਵਿੱਚੋਂ ਬਹੁਤ ਕੁਛ ਸਿੱਖਿਆ ਤੇ ਬਹੁਤ ਕੋਸ਼ਿਸ਼ਾਂ ਜਿਹਨਾਂ ਦੇ ਨਾਲ ਸਾਨੂੰ ਆਪਾਂ ਰੋਕ ਕਰ ਨਹੀਂ ਸਕਦੇ, ਪਰ ਅਸੀਂ ਕੁਛ ਨਾ ਕੁਛ ਕਰ ਜ਼ਰੂਰ ਸਕਦੇ। ਸੁਖਜੀਤ ਸਿੰਘ ਪਿੰਡ ਢੱਡਿਆ ਤੋਂ 40 ਟਰਾਲੀਆਂ ਲੈ ਕੇ ਇਹ ਬਾਬਾ ਗੁਰਮੇਲ ਸਿੰਘ ਜੀ ਦੀ ਅਗਵਾਈ ਵਿੱਚ ਇੱਥੇ ਆਉਂਦੇ ਸਮੇਂ ਪਹੁੰਚਿਆ, ਉਹਨਾਂ ਦਾ ਬੱਚਿਆਂ ਦਾ ਬਾਬਾ ਜੀ ਸਨਮਾਨ ਕਰਨਗੇ। ਬਹੁਤ ਧੰਨਵਾਦ ਤੇ ਸਤਿਕਾਰ ਜੋ ਸੰਤ ਬਾਬਾ ਰੂਪ ਸਿੰਘ ਜੀ, ਗੁਰੂ ਸਾਹਿਬ ਸਿਰ ਬਾਬਾ, ਉਹਨਾਂ ਵੱਲੋਂ ਉਹਨਾਂ ਦੇ ਮੁੱਖ ਸੇਵਾਦਾਰ ਪਹੁੰਚੇ ਨੇ। ਗੁਰਮੇਲ ਸਿੰਘ, ਗੁਰਵੀਰ ਸਿੰਘ ਢੱਡਿਆਂ ਤੋਂ ਤੇ ਬਾਬਾ ਜੀ ਪਾਸੋਂ ਸਨਮਾਨ ਲੈਣਗੇ ਬੱਚੇ ਜਿਹਨਾਂ ਨੇ ਟਰਾਲੀਆਂ ਖਿੱਚਦੀਆਂ ਲਿਆਉਣ ਦੀ ਸੇਵਾ ਕੀਤੀ ਹੈ। ਸੋ ਮੈਂ ਬੇਨਤੀ ਕਰਾਂਗਾ ਸੰਤ ਲਈ ਵਾਲਿਆਂ ਨੂੰ ਜੋ ਦੋ ਮਿੰਟ ਸਾਧ ਸੰਗਤ ਨੂੰ ਸੰਬੋਧਿਤ ਹੋਣਗੇ। ਜਿੱਥੇ ਗੁਰੂ ਘਰ ਦੇ ਸੇਵਾਦਾਰ ਖੜੇ ਨੇ, ਉੱਥੇ ਪੰਜਾਬ ਨੌਜਵਾਨ ਸਰਕਾਰ ਚੋਂ ਸਾਡੀਆਂ ਭੈਣਾਂ ਉਹ ਵੀ ਡਿਊਟੀ ਦੇ ਉੱਤੇ ਹਾਜ਼ਰ ਹੋਈਆਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਜਾ ਰਹੇ ਹਾਂ ਵਾਪਸੀ ਘਰੇ। ਹਾਂਜੀ।